कहिंदे चा सारी दुनिया नूं चढ़िया सी जदों जट दा बर्थडे आया सी, पंजाब तक गूंज आई सी जदों लाहौरों असला चलाया सी, कि एवी थोड़ा कोई किसे लई धुप च खड़दा है, हुणी जट च वी कोई गल बात आ, इन्हां दा चंगे भलिआं दे शोहां ते इकट्ठ नहीं हुंदा जिन्ना उहदे फैनां ने कराता। शुरुआत करदे आं पंजाबी म्यूजिक इंडस्ट्री तों ही। सिद्धू मूसेवाला, करण औजला, दलजीत दोसांझ, सुन वायपा, बोहिमिया ते दोस्तों एक दो होरना स्टारां दा आपां वारो वारी जिक्र करांगे। ते दोस्तों सब तों पहलां तां तुहानूं इही दसणा चाहुंदे हां कि हाल ही सिद्धू ने दो बड़ियां ही अहम पोस्टां शेयर कीतियां ने। पहली पोस्ट जिस बारे दोस्तों ਅਸੀਂ ਪਿਛਲੀ ਵੀਡੀਓ ਵਿੱਚ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਕਿਵੇਂ ਡਾਊਨਟਾਊਨ ਸਕੇਅਰ ਵਿੱਚ ਸਿੱਧੂ ਦੀ ਐਲਬਮ ਨੂੰ ਦਰਸਾਇਆ ਗਿਆ ਹੈ। ਤੇ ਦੋਸਤੋ ਇੰਨਾ ਹੀ ਨਹੀਂ, ਆਉਣ ਵਾਲੇ ਟਾਈਮ ਵਿੱਚ ਜਦੋਂ ਦੋਸਤੋ ਸਿੱਧੂ ਦੀ ਐਲਬਮ ਦੇ ਲਗਭਗ 15 ਜਾਂ 20 ਟਰੈਕ ਪੂਰੇ ਹੋ ਜਾਣਗੇ, ਉਸ ਤੋਂ ਬਾਅਦ ਟਾਈਮ ਸਕੁਆਇਰ ਤੇ ਹੋਰ ਵੀ ਕਈ ਸਕਰੀਨਸ ਤੇ ਸਿੱਧੂ ਦੀ ਇਹ ਐਲਬਮ ਦਰਸਾਈ ਜਾ ਸਕਦੀ ਹੈ। ਸੋ ਦੋਸਤੋ ਇਸੇ ਹੀ ਪੋਸਟ ਨੂੰ ਸਿੱਧੂ ਨੇ ਸ਼ੇਅਰ ਕਰਦੇ ਹੋਏ ਲਿਖਿਆ, ਲੀਵ ਏ ਮਾਰਕ ਦੇ ਕਾਂਟ ਅਰੇਜ਼। ਸੋ ਦੋਸਤੋ ਇੱਥੇ ਇਹੀ ਮਕਸਦ ਸੀ ਇਹ ਗੱਲਾਂ ਦੱਸਣ ਦਾ ਕਿ ਸਿੱਧੂ ਦੀ ਐਲਬਮ ਆਪਣਾ ਨਿਸ਼ਾਨ ਛੱਡਦੀ ਜਾ ਰਹੀ ਹੈ, ਹਲਕਾ ਹੋਰ ਬਹੁਤ ਕੁਝ ਆਉਣਾ ਹੈ। ਐਲਬਮ ਦੇ 10 ਗਾਣੇ ਹਲੇ ਤੱਕ ਰਿਲੀਜ਼ ਨਹੀਂ ਹੋਏ। ਤੇ ਦੋਸਤੋ ਜੋ ਕੱਲ ਨੂੰ ਗਾਣਾ ਆਉਣ ਵਾਲਾ ਹੈ ਸਿੱਧੂ ਤੇ ਬੋਹਮੀਆਂ, ਇਸ ਦੀ ਵੀ ਹਾਈਪ ਬਹੁਤ ਹੀ ਜ਼ਿਆਦਾ ਹੈ। ਵੈਸੇ ਦੋਸਤੋ ਬਹੁਤ ਸਾਰੇ ਲੋਕਾਂ ਨੇ ਲੀਕ ਵਰਸ ਇਸ ਗਾਣੇ ਦਾ ਸੁਣ ਲਿਆ ਹੋਵੇਗਾ, ਪਰ ਦੋ ਬੜੀਆਂ ਹੀ ਅਹਿਮ ਗੱਲਾਂ ਨੇ ਜੋ ਪਿਛਲੇ ਗਾਣੇ ਨੂੰ ਤੇ ਕੱਲ ਆਉਣ ਵਾਲੇ ਗਾਣੇ ਵਿੱਚ ਡਿਫਰੈਂਸ ਪੈਦਾ ਕਰਦੀ ਹੈ। ਪਹਿਲੀ ਗੱਲ ਦੋਸਤੋ ਇਹ ਕਿ ਮਿਊਜ਼ਿਕ ਚੇਂਜ ਹੈ, ਜਿਵੇਂ ਕਿ ਦੋਸਤੋ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਹਲੇ ਤੱਕ ਲੀਕ ਹੋਏ ਹਨ ਤੇ ਇਸ ਐਲਬਮ ਵਿੱਚ ਐਡ ਕੀਤੇ ਹਨ, ਸਿੱਧੂ ਨੇ ਉਹਨਾਂ ਦਾ ਮਿਊਜ਼ਿਕ ਚੇਂਜ ਕਰਵਾ ਦਿੱਤਾ ਹੈ। ਸੋ ਦੋਸਤੋ ਉਸੇ ਤਰ੍ਹਾਂ ਹੀ ਅੱਜ ਕੱਲ੍ਹ ਗਾਣਾ ਵੀ ਲੀਕ ਸੀ, ਉਸ ਕਰਕੇ ਉਸਦਾ ਮਿਊਜ਼ਿਕ ਚੇਂਜ ਕਰਵਾ ਦਿੱਤਾ। ਤੇ ਦੂਸਰੀ ਬੜੀ ਅਹਿਮ ਗੱਲ, ਬੋਹਮੀਆਂ ਦਾ ਪਹਿਰਾ ਵੀ ਚੇਂਜ ਕਰ ਦਿੱਤਾ ਗਿਆ ਹੈ, ਇਸ ਬਾਰੇ ਦੋਸਤੋ ਬੋਹਮੀਆਂ ਨੇ ਖੁਦ ਹੀ ਜਾਣਕਾਰੀ ਦਿੱਤੀ ਹੈ। ਤੇ ਤੀਸਰੀ ਬੜੀ ਹੀ ਅਹਿਮ ਗੱਲ, ਜਿਵੇਂ ਕਿ ਦੋਸਤੋ ਆਪਾਂ ਸਿੱਧੂ ਮੂਸੇਵਾਲੇ ਦੇ ਹੁਣ ਤੱਕ ਜੋ ਐਲਬਮ ਦੇ ਗਾਣੇ ਆਏ ਹਨ, ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ, ਇਹ ਲਾਈਨ ਮਿਸ ਕਰ ਰਹੇ ਸੀ। ਤੇ ਦੋਸਤੋ ਜੋ ਅੱਜ ਕੱਲ੍ਹ ਗਾਣਾ ਲੀਕ ਹੋਇਆ ਸੀ ਉਸ ਵਿੱਚ ਸਿੱਧੂ ਨੇ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ਇਹ ਸ਼ਬਦ ਵਰਤੇ ਸਨ, ਪਰ ਕੀ ਕੱਲ੍ਹ ਵਾਲੇ ਗਾਣੇ ਵਿੱਚ ਵੀ ਉਹ ਸ਼ਬਦ ਸੇਮ ਹੀ ਰਹਿਣਗੇ ਜਾਂ ਸਿੱਧੂ ਕੁਝ ਚੇਂਜਸ ਕਰ ਦੇਵੇਗਾ? ਇਸ ਬਾਰੇ ਦੋਸਤੋ ਕਾਫੀ ਚਰਚਾ ਹੋ ਰਹੀ ਹੈ। ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਤੇ ਦੋਸਤੋ ਇਸ ਤੋਂ ਇਲਾਵਾ ਸਿੱਧੂ ਨੇ ਇੱਕ ਚਾਰਟ ਸ਼ੇਅਰ ਕੀਤਾ ਹੈ ਫੀਵਰ ਓਰਿਜਿਨਲ ਦਾ। ਤੇ ਦੋਸਤੋ ਫੀਵਰ ਓਰਿਜਿਨਲ ਜਿਨ੍ਹਾਂ ਨੇ ਕਿ ਇੱਕ ਹਫ਼ਤੇ ਦਾ ਪੂਰਾ ਚਾਰਟ ਤਿਆਰ ਕੀਤਾ ਹੈ ਕਿ ਕਿਹੜਾ ਗਾਣਾ ਟੌਪ ਰੈਂਕਿੰਗ ਵਿੱਚ ਰਿਹਾ ਹੈ ਇਸ ਹਿਸਾਬ ਤੇ ਵਰਲਡ ਵਾਈਡ। ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਿੱਧੂ ਤੇ ਡਿਵਾਈਨ ਵਾਲਾ ਗਾਣਾ ਪਹਿਲੇ ਨੰਬਰ ਤੇ ਵਿਰਾਜਮਾਨ ਹੈ। ਸੋ ਦੋਸਤੋ ਤੀਸਰੇ ਤੇ ਫਿਰ ਡਿਵਾਈਨ ਦਾ ਗਾਣਾ ਸੀ ਤੇ ਇਸ ਤੋਂ ਬਾਅਦ 8ਵੇਂ ਨੰਬਰ ਤੇ ਸਿੱਧੂ ਤੇ ਸੂਨ ਵਾਜਬਾਜੀ ਵਾਲਾ ਗਾਣਾ। ਸੋ ਦੋਸਤੋ ਬ੍ਰਾਊਨ ਸ਼ੌਟੀ ਗਾਣੇ ਨੂੰ ਲੈ ਕੇ ਪਹਿਲਾਂ ਹੀ ਕਾਫੀ ਵਿਵਾਦ ਹੋਇਆ ਸੀ। ਚਲੋ ਜੋ ਵੀ ਹੈ, ਗਾਣੇ ਨੇ ਬਿਲਬੋਰਡ ਚਾਰਟ ਤੇ ਪੂਰਾ ਤਹਿਲਕਾ ਮਚਾਇਆ ਹੋਇਆ ਹੈ। ਤੇ ਦੋਸਤੋ ਇੱਥੇ ਅਸੀਂ ਹੁਣ ਸੂਨ ਮਜੀਦ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ, ਜਿਸ ਦਾ ਕਿ ਹਾਲ ਹੀ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਮੁੱਦਾ ਭਖਿਆ ਹੈ। ਵੈਸੇ ਦੋਸਤੋ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸਾਨੂੰ ਘਬਰਾਹਟ ਹੁੰਦੀ ਹੈ, ਪਰ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਸੂਨ ਮਜੀਦ ਨੇ ਇੱਕ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ ਕੀ ਕੁਝ ਕੁ ਪੇਜਾਂ ਵਾਲੇ ਸਿਰਫ ਲਾਈਕਸ ਤੇ ਫੋਲੋਅਰਸ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਦੋਸਤੋ ਤੁਸੀਂ ਖੁਦ ਹੀ ਪੜ੍ਹ ਲਵੋ, ਪਰ ਅਸੀਂ ਇਹਨਾਂ ਡਿਟੇਲ ਵਿੱਚ ਨਹੀਂ ਜਾਂਦੇ। ਤੇ ਜਿਸ ਨੂੰ ਹੀ ਸ਼ੇਅਰ ਕਰਦੇ ਹੋਏ ਸੂਨਮ ਜੀ ਨੇ ਇਹ ਲਿਖਿਆ ਕਿ ਸੋ ਮੱਚ ਇਜ਼ ਹੈਪਨਿੰਗ ਇਨ ਦਿਸ ਵਰਲਡ ਬਟ ਸਮ ਪੀਪਲ ਆਰ ਸਰਵਾਈਵਿੰਗ ਔਨ ਦਿਸ, ਆਈ ਪਿਟੀ ਯੂ, ਗੈਟ ਵੈਲ ਸੂਨ। ਸੋ ਦੋਸਤੋ ਸੂਨਮ ਜੀ ਦਾ ਪਹਿਲਾਂ ਵੀ ਪਿਛਲੇ ਸਾਲ ਦੇ ਵੀ ਇਹ ਸਭ ਕੁਝ ਹੋਇਆ ਸੀ ਤੇ ਕੁਝ ਕੁ ਪੇਜ ਵੀ ਡਿਲੀਟ ਕਰਵਾਏ ਸੀ ਸੂਨਮ ਜੀ ਨੇ, ਪਰ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫਿਰ ਇਹ ਸਭ ਗੱਲਾਂ ਹੋ ਰਹੀਆਂ ਨੇ, ਆਖਰ ਕਦੋਂ ਤੱਕ ਇਹ ਸਭ ਕੁਝ ਹੋਵੇਗਾ? ਸੋ ਦੋਸਤੋ ਇਸ ਬਾਰੇ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨਾ ਚਾਹਾਂਗੇ। ਅਸ਼ਲੀਨ ਜੋ ਕਿ ਦੋਸਤੋ ਟਿਕਟੌਕ ਤੋਂ ਮਸ਼ਹੂਰ ਹੋਈ ਸੀ, 6-7 ਲੱਖ ਉਸਦੇ ਦੋਸਤੋ ਫੋਲੋਅਰਸ ਵੀ ਨੇ, ਉਸਦਾ ਵੀ ਹਾਲ ਹੀ ਕੁਝ ਕੁ ਪੇਜਾਂ ਵਾਲਿਆਂ ਨਾਲ ਇਹ ਵਿਵਾਦ ਹੋਇਆ ਹੈ, ਤੇ ਜਿਸ ਕਾਰਨ ਉਹ ਲਾਈਵ ਵੀ ਆਈ ਸੀ, ਕਿਸੇ ਪੇਜ ਦਾ ਜ਼ਿਕਰ ਵੀ ਕਰ ਰਹੀ ਸੀ ਕਿ ਆਖਰ ਇਹ ਸਭ ਕੁਝ ਹੋ ਕੀ ਰਿਹਾ ਹੈ। ਸੋ ਦੋਸਤੋ ਇਹਨਾਂ ਗੱਲਾਂ ਬਾਰੇ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨਾ ਚਾਹਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਮੈਂ ਕੱਲ ਇੱਕ ਸਟੋਰੀ ਪਾਈ ਸੀ ਕਰਕੇ ਪੇਜ ਦੇ ਨਾਮ ਤੋਂ, ਠੀਕ ਆ। ਇਹਨਾਂ ਨੂੰ ਪਤਾ ਨਹੀਂ ਕੀ ਚਾਹੀਦਾ ਆ, ਫਾਲਤੂ ਦੇ ਵਿੱਚ ਹੀ ਸਾਡੇ ਕੋਲ ਤੇਰੀਆਂ ਫੋਟੋਜ਼ ਆ, ਵੀਡੀਓਜ਼ ਆ, ਯੇ ਆ ਵੋ ਆ। ਫੇਮ ਲੈਣ ਨੂੰ ਤੁਸੀਂ ਕੁਛ ਵੀ ਕਰਦੇ ਹੋ ਨਾ, ਕਿਸੇ ਦੀ ਵੀ ਧੀ ਭੈਣ ਦੇ ਉੱਤੇ ਤੁਸੀਂ ਹਨਾ ਉਹਦੀ ਇੱਜ਼ਤ ਉੱਤੇ ਆ ਜਾਂਦੇ ਹੋ, ਠੀਕ ਆ। ਤੁਹਾਡੀ ਆਪਦੇ ਘਰ ਧੀ ਭੈਣ ਹੈਗੀ ਆ, ਤੇ ਪਲੀਜ਼ ਉਹਨੂੰ ਫੇਮਸ ਕਰੋ ਜਾ ਕੇ ਪਹਿਲਾਂ, ਸਾਨੂੰ ਬਾਅਦ 'ਚ ਫੇਮਸ ਕਰ ਲਿਓ, ਠੀਕ ਆ। ਤੁਹਾਡੇ ਵੱਲੋਂ ਇੱਧਰੋਂ ਲੋਕ ਮੈਸੇਜ ਇੱਥੇ ਦੇਖ ਕੇ ਵੀ ਹਾਂ ਇਹਨਾਂ ਨੇ ਕੈਪਸ਼ਨ ਕੀ ਪਾਈ ਆ, ਵੀਡੀਓਜ਼ ਦੇਖ ਕੇ, ਗਲਤ ਹੈ ਨਾ, ਤੁਸੀਂ ਬੇਫਾਲਤੂ ਨਾਮ ਲਾ ਕੇ ਵੀਡੀਓ ਪਾਈ ਹੁੰਦੀ ਆ, ਠੀਕ ਆ। ਉਹ ਚੱਕ ਕੇ ਫਿਰ ਉਹਨਾਂ ਨੇ ਉਹ ਦੇਖ ਕੇ ਬਾਅਦ ਸਾਡੇ ਇੱਧਰ ਆ ਕੇ ਗਲਤ ਕਮੈਂਟ ਕਰ ਦਿੰਦੇ, ਸਾਡਾ ਤੇ ਨਹੀਂ ਕੋਈ ਕਸੂਰ ਹੈਗਾ, ਤੁਸੀਂ ਆਪਣੇ ਫੇਮਸ ਹੋਣ ਵਾਸਤੇ ਤੁਸੀਂ ਆਹ ਚੀਜ਼ਾਂ ਕਰ ਰਹੇ ਹੋ, ਠੀਕ ਆ। ਤੇ ਪਲੀਜ਼ ਆਹ ਚੀਜ਼ਾਂ ਡਿਲੀਟ ਕਰ ਦਿਓ, ਜ਼ਿਆਦਾ ਵਧੀਆ ਰਹਿਜੂਗਾ, ਨਹੀਂ ਤਾਂ ਮੈਂ ਸਾਈਬਰ 'ਚ ਜਾ ਕੇ ਜੇ ਕੰਪਲੇਨ ਕਰਤੀ ਤੇ ਮੈਨੂੰ ਇਹ ਵੀ ਪਤਾ ਵਾ ਕਿ ਦੋ ਐਡਮਿਨ ਆਏ ਪੇਜ ਦੇ, ਇੱਕ ਕੈਨੇਡਾ ਬੈਠਾ ਵਾ ਤੇ ਇੱਕ ਇੱਥੇ ਆ। ਸੋ ਪਲੀਜ਼ ਹਟ ਜਾਓ, ਰਿਕੁਐਸਟ ਆ, ਨਹੀਂ ਤਾਂ ਮੈਂ ਘੜੀਸ ਲੈਣੇ ਆ ਇਸ ਵਾਰ।
ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਸਨੀ ਮਲਟਨ ਦਾ, ਜੋ ਕਿ ਦੋਸਤੋ ਹਾਲ ਹੀ ਕੁਝ ਕੁ ਪੋਸਟਾਂ ਪਾਉਂਦਾ ਦਿਖਾਈ ਦਿੱਤਾ ਹੈ ਤੇ ਜਿਸ ਨੂੰ ਕਿ ਇੱਕ ਵਾਰ ਫਿਰ ਕੁਝ ਕੁ ਆਰਟਿਸਟਾਂ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈ। ਸਟੋਰੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਮੈਨੂੰ ਇੱਕ ਆਰਟਿਸਟ ਦਾ ਨਾਮ ਦੱਸੋ ਜੋ ਬਾਕੀ ਕਲਾਕਾਰਾਂ ਤੋਂ ਡਿਫਰੈਂਟ ਹੈ। ਅ ਲੋਟ ਆਫ ਆਰਟਿਸਟ ਲੂਜ਼ਿੰਗ ਦੇਅਰ ਸਾਊਂਡ। ਸੋ ਦੋਸਤੋ ਕੁਝ ਕੁ ਆਰਟਿਸਟਾਂ ਦਾ ਜ਼ਿਕਰ ਕਰ ਰਿਹਾ ਹੈ, ਸਨੀ ਮਲਟਨ ਦਾ ਨਾਮ ਤਾਂ ਕਿਸੇ ਦਾ ਨਹੀਂ ਲਿਆ, ਪਰ ਕਿਹਨਾਂ ਨੂੰ ਟਾਰਗੇਟ ਕਰ ਰਿਹਾ ਹੈ, ਕਿਸ ਦੀ ਤਾਰੀਫ ਕਰ ਰਿਹਾ ਹੈ, ਕਿਸ ਨੂੰ ਲੂਜ਼ਿੰਗ ਕਹਿ ਰਿਹਾ ਹੈ, ਇਸ ਬਾਰੇ ਦੋਸਤੋ ਕਹਿਣਾ ਕਾਫੀ ਮੁਸ਼ਕਿਲ ਹੈ। ਸੋ ਦੋਸਤੋ ਇਸ ਤੋਂ ਅਗਲੀ ਪੋਸਟ ਵੀ ਕਾਫੀ ਚਰਚਾ ਦਾ ਵਿਸ਼ਾ ਹੈ ਸੋਸ਼ਲ ਮੀਡੀਆ ਤੇ। ਤੇ ਦੋਸਤੋ ਜਦੋਂ ਤੁਸੀਂ ਇਸ ਦੀ ਪ੍ਰੋਫਾਈਲ ਦੀ ਲਾਸਟ ਵਨ ਸਟੋਰੀ ਦੇਖੋਗੇ ਤਾਂ ਇਹ ਸਿੱਧੂ ਨਾਲ ਕਲੈਬ ਇੱਕ ਵਾਰ ਦੁਬਾਰਾ ਕਰਨਾ ਚਾਹੁੰਦਾ ਹੈ। ਤੇ ਦੋਸਤੋ ਤੁਹਾਨੂੰ ਇਹ ਵੀ ਦੱਸ ਦਈਏ, ਸਿੱਧੂ ਦੇ ਬਰਥਡੇ ਵਾਲੇ ਦਿਨ ਸਨੀ ਮਲਟਨ ਨੇ ਸਿੱਧੂ ਨੂੰ ਵਿਸ਼ ਕੀਤਾ ਸੀ ਤੇ ਕੁਝ ਕੁ ਫੈਨ ਪੇਜ ਤਾਂ ਇਹ ਵੀ ਕਹਿੰਦੇ ਸਨ ਕਿ ਸਿੱਧੂ ਨੂੰ ਰੀਸ਼ੇਅਰ ਕਰਨੀ ਚਾਹੀਦੀ ਸੀ ਸਨੀ ਮਲਟਨ ਦੀ ਪੋਸਟ। ਪਰ ਦੋਸਤੋ ਇਹ ਕਦੇ ਵੀ ਨਹੀਂ ਹੋ ਸਕਦਾ। ਇਹਨਾਂ ਗੱਲਾਂ ਬਾਰੇ ਅਸੀਂ ਪਹਿਲਾਂ ਕਿੰਨੀ ਹੀ ਵਾਰ ਚਰਚਾ ਕਰ ਚੁੱਕੇ ਹਾਂ ਕਿ ਸਿੱਧੂ ਕਦੇ ਵੀ ਬਿਗ ਬਰ ਤੇ ਸਨੀ ਮਲਟਨ ਨਾਲ ਦੁਬਾਰਾ ਕੰਮ ਨਹੀਂ ਕਰੇਗਾ। ਇਹ ਗੱਲ ਦੋਸਤੋ ਕਨਫਰਮ ਹੋ ਚੁੱਕੀ ਹੈ। ਸ਼ਾਇਦ ਦੋਸਤੋ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਸਿੱਧੂ ਨੇ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ਇਹ ਲਾਈਨ ਆਪਣੇ ਗਾਣੇ ਵਿੱਚ ਘੱਟ ਹੀ ਵਰਤੀ ਹੈ। ਸੋ ਦੋਸਤੋ ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ। ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਰਣਜੀਤ ਬਾਬਾ ਭਰਾ ਦਾ, ਜਿਸ ਦਾ ਕਿ ਹਾਲ ਹੀ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਥੋੜੇ ਟਾਈਮ ਵਿੱਚ ਚੰਗੇ ਵਿਊਜ਼ ਵੀ ਆ ਗਏ ਹਨ, ਪਰ ਦੋਸਤੋ ਜੋ ਮੇਨ ਗੱਲ ਹੈ, ਜਿਵੇਂ ਕਿ ਰਣਜੀਤ ਬਾਬਾ ਭਰਾ ਤਾਂ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਹੀ ਗਾਉਂਦਾ ਹੈ, ਉਸੇ ਤਰ੍ਹਾਂ ਦੋਸਤੋ ਇਹ ਵੀ ਇਦਾਂ ਦਾ ਹੀ ਗਾਣਾ ਹੈ। ਵੈਸੇ ਦੋਸਤੋ ਇਸ ਦੀ ਐਲਬਮ ਵੀ ਆ ਰਹੀ ਹੈ, ਪਰ ਦੋਸਤੋ ਇਹ ਐਲਬਮ ਤੋਂ ਕੁਝ ਅਲੱਗ ਗਾਣਾ ਹੈ ਤੇ ਸਾਨੂੰ ਵੀ ਲੱਗਦਾ ਹੈ ਕਿ ਇਹੋ ਜਿਹੇ ਗਾਣੇ ਦੀ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ। ਇਤਿਹਾਸ ਨੂੰ ਉਜਾਗਰ ਕਰਨ ਵਾਲੇ ਗਾਣੇ, ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਕਰਕੇ ਰਣਜੀਤ ਬਾਬਾ ਦੀ ਅਲੱਗ ਪਹਿਚਾਣ ਹੈ ਪੰਜਾਬੀ 'ਮਿਊਜ਼ਿਕ ਇੰਡਸਟਰੀ ਵਿੱਚ। ਤੇ ਦੋਸਤੋ ਇਸ ਦੀ ਐਲਬਮ ਬਾਰੇ ਵੀ ਦੱਸ ਦਈਏ, ਐਲਬਮ ਦਾ ਸਾਰਾ ਕੰਮ ਪੂਰਾ ਨੇਪਰੇ ਚੜ ਚੁੱਕਾ ਹੈ, ਇਹ ਗੱਲ ਰਣਜੀਤ ਬਾਬਾ ਭਰਾ ਨੇ ਲਾਈਵ ਆ ਕੇ ਕਹੀ। ਤੇ ਇਸ ਤੋਂ ਇਲਾਵਾ ਉਸਨੇ ਇਹ ਵੀ ਦੱਸਿਆ ਕਿ ਅਗਲੇ ਹਫ਼ਤੇ ਤੱਕ ਅਸੀਂ ਕੁਝ ਅਨਾਊਂਸਮੈਂਟ ਕਰ ਦੇਵਾਂਗੇ, ਦੱਸ ਦੇਵਾਂਗੇ ਕਿ ਆਖਰ ਕਿੰਨੇ ਗਾਣੇ ਨੇ, ਕਿਹੜੇ ਕਿਹੜੇ ਗਾਣੇ ਨੇ, ਕਿੰਨਾਂ ਨਾਲ ਕਲੈਬ ਹੈ, ਕਦੋਂ ਰਿਲੀਜ਼ ਹੋਣਗੇ, ਇਹ ਸਾਰੀ ਜਾਣਕਾਰੀ ਦੇ ਦੇਵੇਗਾ ਰਣਜੀਤ ਬਾਬਾ ਭਰਾ ਅਗਲੇ ਹਫ਼ਤੇ। ਤੇ ਦੋਸਤੋ ਇੱਥੇ ਹੁਣ ਅਸੀਂ ਬਾਲੀਵੁੱਡ ਵਾਲੇ ਕੁਝ ਕੁ ਆਰਟਿਸਟਾਂ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ। ਪਹਿਲਾਂ ਦੋਸਤੋ ਤੁਹਾਨੂੰ ਇਹੀ ਦੱਸ ਦਈਏ ਕਿ ਇੱਕ ਇੰਸਟੈਂਟ ਬਾਲੀਵੁੱਡ ਇਸ ਨਾਮ ਤੋਂ ਇੰਸਟਾਗ੍ਰਾਮ ਪੇਜ ਵੀ ਹੈ, ਯੂਟਿਊਬ ਤੇ ਉਸਦੇ ਕਾਫੀ ਸਬਸਕ੍ਰਾਈਬਰ ਵੀ ਨੇ। ਤੁਸੀਂ ਦੇਖ ਸਕਦੇ ਹੋ ਕਿ ਇੰਸਟਾਗ੍ਰਾਮ ਤੇ ਉਹਨਾਂ ਦੇ ਕਿੰਨੇ ਜ਼ਿਆਦਾ ਫਾਲੋਅਰਸ ਨੇ ਤੇ ਕਾਫੀ ਅਪਡੇਟਸ ਦਿੰਦੇ ਨੇ। ਤੇ ਦੋਸਤੋ ਇਹ ਕੁਝ ਕੁ ਬਾਲੀਵੁੱਡ ਵਾਲੇ ਆਰਟਿਸਟ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀਆਂ ਰੀਲਸ ਵੀਡੀਓ ਪਾ ਰਹੇ ਹਨ ਤੇ ਦੋਸਤੋ ਉਹਨਾਂ ਨੂੰ ਹੀ ਇਹ ਪੇਜ ਸ਼ੇਅਰ ਕਰਦਾ ਨਜ਼ਰ ਆ ਰਿਹਾ ਹੈ। ਸੋ ਕਹਿਣ ਦਾ ਮਤਲਬ ਦੋਸਤੋ, ਬਾਲੀਵੁੱਡ ਵਾਲੇ ਜਿਵੇਂ ਕਿ ਦੋਸਤੋ ਲਾਈਵ ਵਿੱਚ ਕਾਰਤਿਕ ਆਰਯਨ, ਸਾਹਿਲ ਰਾਣਾ ਤੇ ਇੱਕ ਦੋ ਹੋਰ ਸਟਾਰ ਕਮੈਂਟ ਕਰਦੇ ਨਜ਼ਰ ਆ ਰਹੇ ਸਨ ਤੇ ਜਿਨ੍ਹਾਂ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਬੇਸ਼ੱਕ ਉਹ ਸਟੋਰੀਆਂ ਜਾਂ ਇਹਨਾਂ ਦੀ ਜ਼ਿਆਦਾ ਇੰਨਾ ਚਰਚਾ ਆਪਣੇ ਲਾਈਵ ਵਿੱਚ ਨਾ ਕਰਨ, ਪਰ ਸਿੱਧੂ ਮੂਸੇਵਾਲਾ ਇਸ ਦੇ ਉਹ ਗਾਣੇ ਜ਼ਰੂਰ ਸੁਣਦੇ ਹਨ। ਤੇ ਬਾਕੀ ਦੋਸਤੋ ਬਾਲੀਵੁੱਡ ਦੇ ਕਿੰਨੇ ਹੀ ਆਰਟਿਸਟਾਂ ਨਾਲ ਹੁਣ ਕਲੈਬ ਵੀ ਆ ਚੁੱਕੀ ਹੈ, ਹਾਲੀਵੁੱਡ ਦੇ ਆਰਟਿਸਟਾਂ ਨਾਲ ਵੀ ਕਲੈਬ ਆਉਣੀ ਹੈ, ਬਹੁਤ ਕੁਝ ਹਲੇ ਹੋਰ ਹੋਣਾ ਬਾਕੀ ਹੈ, ਬਸ ਵੇਟ ਐਂਡ ਵਾਚ। ਤੇ ਦੋਸਤੋ ਇਸ ਤੋਂ ਇਲਾਵਾ ਇੱਥੇ ਹੁਣ ਅਸੀਂ ਕਰਨ ਔਜਲਾ ਤੇ ਦਲੀਤ ਦੋਸਾਂਝ, ਸਿੱਧੂ ਮੂਸੇਵਾਲਾ ਇਹਨਾਂ ਤਿੰਨਾਂ ਦੀ ਜੋ ਐਲਬਮ ਬਾਰੇ ਚਰਚਾ ਹੋ ਰਹੀ ਹੈ, ਕਰਨ ਔਜਲਾ ਨੇ ਅੱਜ ਆਪਣੀ ਐਲਬਮ ਦੀ ਇੰਟਰੋ ਦਾ ਟ੍ਰੇਲਰ ਟੀਜ਼ਰ ਜੋ ਕੁਝ ਵੀ ਹੈ ਦੋਸਤੋ ਉਹ ਐਲਾਨ ਕਰਨਾ ਹੈ। ਦਲਜੀਤ ਦੋਸਾਂਝ ਵੀ ਕੱਲ ਭਰਾ ਕਹਿ ਚੁੱਕਾ ਹੈ ਤੇ ਹਾਲ ਹੀ ਦੋਸਤੋ ਦਲਜੀਤ ਦੋਸਾਂਝ ਭਰਾ ਦੀ ਇੰਟਰਵਿਊ ਵੀ ਹੋਈ ਹੈ, ਪਬਲਿਕ ਤਾਂ ਨਹੀਂ ਹੋਈ ਪਰ ਹੋ ਚੁੱਕੀ ਹੈ, ਬਹੁਤ ਜਲਦੀ ਸੋਸ਼ਲ ਮੀਡੀਆ ਤੇ ਆ ਵੀ ਜਾਵੇਗੀ। ਸੋ ਦੋਸਤੋ ਇਸ ਐਲਬਮ ਕਰਕੇ ਹੀ ਹੈ ਤੇ ਅਗਲੇ ਮਹੀਨੇ ਦਲਜੀਤ ਦੋਸਾਂਝ ਦੀ ਐਲਬਮ ਵੀ ਆ ਰਹੀ ਹੈ। ਸੋ ਗਾਣੇ ਕਲੈਸ਼ ਨੂੰ ਲੈ ਕੇ ਦੋਸਤੋ ਕਾਫੀ ਚਰਚਾ ਹੈ ਤੇ ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ। ਹੋ ਕਈ ਕਹਿੰਦੇ ਮੇਰਾ ਨਾਮ ਬੜਾ, ਕਈਆਂ ਲਈ ਗੁਮਨਾਮ ਬੜਾ, ਕਈਆਂ ਲਈ ਮਸ਼ਹੂਰ ਹਾਂ ਮੈਂ, ਕਈਆਂ ਲਈ ਬਦਨਾਮ ਬੜਾ, ਕਈ ਆਪਣੇ ਫਾਇਦੇ ਲਈ ਮੈਨੂੰ ਜਿਉਂਦੇ ਜੀ ਜਾਂਦੇ ਲਾਸ਼ ਕਰੀ, ਇਹ ਦੁਨੀਆ ਕਰਦੀ ਸਾੜਾ ਨੀ, ਕਿੰਨਾ ਚੰਗਾ ਕਿੰਨਾ ਮਾੜਾ ਨੀ, ਖੁਦ ਮਿਲ ਕੇ ਦੇਖ ਲੈ ਹਾੜਾ ਨੀ ਨਾ, ਲੋਕਾਂ ਤੇ ਵਿਸ਼ਵਾਸ ਕਰੀ। ਦੋਸਤੋ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ ਭੇਜ ਸਕਦੇ ਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।